ਮਿੱਟੀ ਦਾ ਇੱਕ ਕੜਾ ਬਣਾ ਕੇ ਮਿੱਟੀ ਦੇ ਹੱਥਾਂ ਨਾਲ ਵਜਾ ਕੇ ਉਹ ਮਿੱਟੀ ਦਾ ਇੱਕ ਕੜਾ ਬਣਾ ਕੇ ਤੇ ਮਿੱਟੀ ਦੇ ਹੱਥਾਂ ਨਾਲ ਵਜਾ ਕੇ ਉਹ ਮਿੱਟੀ ਮਿੱਟੀ ਨੂੰ ਜ਼ਿੰਦਗੀ ਵਾਲਾ ਲੱਗੇਗੀ ਦੱਸਣ ਹੋਣੀ ਮਿੱਟੀ ਹੈ ਮੇਰਾ ਰਾਜਾ ਬਾਬੂ ਤੇ ਮਿੱਟੀ ਮਾਂ ਪਟਰਾਣੀ ਹਾਏ ਮਿੱਟੀ ਮੇਰਾ ਰਾਜਾ ਬਾਬੂ ਤੇ ਮਿੱਟੀ ਮਾਂ ਪਟਰਾਣੀ ਉਹ ਮਿੱਟੀ ਦੀ ਕੋਖੀ ਅੰਦਰ ਆਈ ਮਹੀਨੇ ਨੋ ਬਿਤਾਉਣੀ ਮਿੱਟੀ ਹੈ ਅਤੇ ਪਿਤਾ ਸਰਦਾਰ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ।
ਆਪ ਜੀ ਨੇ 10ਵੀਂ ਜਮਾਤ ਮਾਰਚ 1988 ਵਿੱਚ ਕੈਂਪ ਖਾਲਸਾ ਹਾਈ ਸਕੂਲ ਅਜੀਤ ਸਰ ਮੋਹੀ ਤੋਂ ਪਾਸ ਕੀਤੀ। 10ਵੀਂ ਕਰਨ ਉਪਰੰਤ ਆਪ ਜੀ ਨੇ ਸਿਲਾਈ ਦਾ ਕੋਰਸ ਕੀਤਾ। ਇਸ ਤੋਂ ਬਾਅਦ 12ਵੀਂ ਜਮਾਤ ਮਾਰਚ 1992 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਸਰ ਤੋਂ ਕਰਨ ਉਪਰੰਤ BA ਅਪ੍ਰੈਲ 1995 ਵਿੱਚ GHG ਖਾਲਸਾ ਕਾਲਜ ਗੁਰੂ ਸਰ ਸੁਧਾਰ ਕਾਲਜ ਤੋਂ ਪਾਸ ਕੀਤੀ। ਮਿਤੀ 8 ਫਰਵਰੀ 1996 ਨੂੰ ਸਰਦਾਰ ਕੁਲਜੀਤ ਸਿੰਘ ਸਿੱਧੂ ਆਪ ਜੀ ਦੇ ਹਮਸਫ਼ਰ ਬਣੇ। ਆਪ ਜੀ ਦੇ ਪਰਿਵਾਰ ਦੀ ਫੁਲਵਾੜੀ ਦੀਆਂ ਰੌਣਕਾਂ ਬੇਟੀ ਗਗਨਪ੍ਰੀਤ ਕੌਰ ਅਤੇ ਪੁੱਤਰ ਹਰਮਨਪ੍ਰੀਤ ਸਿੰਘ ਹਨ। ਆਪ ਜੀ ਨੇ ਮਿਤੀ 1 ਅਪ੍ਰੈਲ 1999 ਨੂੰ ਨਿਊ ਪੰਜਾਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਗਵਾੜ ਲੋਕੋ ਤੋਂ ਆਪਣੇ ਅਧਿਆਪਨ ਦੀਆਂ ਸੇਵਾਵਾਂ ਬਤੌਰ ਪ੍ਰਾਇਮਰੀ ਅਧਿਆਪਕ ਤੋਂ ਸ਼ੁਰੂਆਤ ਕੀਤੀ ਸੀ। ਅਪ੍ਰੈਲ 2011 ਵਿੱਚ BEd ਦੀ ਡਿਗਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਆਫ ਐਜੂਕੇਸ਼ਨ ਕਮਾਲਪੁਰਾ ਤੋਂ ਪ੍ਰਾਪਤ ਕੀਤੀ। BEd ਕਰਨ ਉਪਰੰਤ ਆਪ ਜੀ ਨੇ ਬਤੌਰ ਪੰਜਾਬੀ ਅਧਿਆਪਕਾਂ ਦੀ ਸੇਵਾ ਨਿਭਾਈ। ਤਰੱਕੀ ਦੀ ਰਾਹ 'ਤੇ ਚੱਲਦਿਆਂ ਆਪ ਜੀ ਨੇ ਅਪ੍ਰੈਲ 2012 ਤੋਂ ਲੈ ਕੇ 13 ਜੁਲਾਈ 2024 ਤੱਕ ਬਤੌਰ ਵਾਈਸ ਪ੍ਰਿੰਸੀਪਲ ਇਸ ਸਕੂਲ ਨੂੰ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦਿੱਤੀਆਂ। ਆਪ ਜੀ ਨੇ 25 ਸਾਲ ਤੋਂ ਵੱਧ ਦਾ ਸਮਾਂ ਸਕੂਲ ਨੂੰ ਸਮਰਪਿਤ ਕੀਤਾ। ਹਰ ਕੰਮ ਨੂੰ ਖਿੜੇ ਮੱਥੇ ਸਵੀਕਾਰ ਕਰਨਾ, ਸਿਰੇ ਚਾੜ੍ਹਨ ਦੀ ਤਤਪਰਤਾ, ਡਿਊਟੀ ਪ੍ਰਤੀ ਵਚਨਬੱਧਤਾ, ਛੋਟੇ ਵੱਡਿਆਂ ਲਈ ਪਿਆਰ ਅਤੇ ਸਤਿਕਾਰ ਇਹਨਾਂ ਦੀ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਹਨ। ਆਪ ਜੀ ਦਾ ਜੀਵਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਸੰਸਥਾ ਨੂੰ ਆਪਣੀਆਂ ਯੋਗ ਸੇਵਾਵਾਂ ਦਿੰਦੇ ਹੋਏ ਅੱਜ ਮਿਤੀ 20 ਜੁਲਾਈ 2024 ਨੂੰ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਕੇ ਬੜੇ ਹੀ ਭਾਵਪੂਰਨ ਅਤੇ ਮਾਣ ਮੱਤੇ ਢੰਗ ਨਾਲ ਸਾਡੇ ਤੋਂ ਵਿਦਾ ਹੋ ਰਹੇ ਹਨ। ਪਰਮਾਤਮਾ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਤਰੱਕੀ ਬਖਸ਼ੇ ਤਾਂ ਜੋ ਇਹ ਨਰੋਈ ਸਮਾਜ ਸਿਰਜਣਾ ਵਿੱਚ ਆਪਣਾ ਯੋਗਦਾਨ ਹਮੇਸ਼ਾ ਪਾਉਂਦੇ ਰਹਿਣ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਪ੍ਰਿੰਸੀਪਲ ਮੈਮ ਸਰ ਨੂੰ ਕਿ ਉਹ ਮੈਡਮ ਨੂੰ ਸਨਮਾਨ ਪੱਤਰ ਹੈ ਜਿਹੜਾ ਭੇਟ ਕਰਨ। ਬੇਟਾ ਨੋਟ ਆਫ ਸੀ ਸੀ ਕਿਵੇਂ ਲੱਗਦਾ
ਕਦੇ ਵੀ ਮੈਡਮ ਨੇ ਇੱਦਾਂ ਨਹੀਂ ਕਹਿਣਾ ਕਿ ਮੈਡਮ ਨੇ ਸਮਝਾਉਣਾ ਨਹੀਂ ਹੋਣਾ, ਤਾਂ ਸਾਰੇ ਬੱਚਿਆਂ ਨੇ ਮੈਡਮ ਦੇ ਫੇਸ ਕਰ ਦੇ ਦੇਣੇ ਨੇ, ਜਿਵੇਂ ਹੁਣ ਆਪਾਂ ਨੇ ਪ੍ਰੋਬਲਮ ਆਉਂਦੀਆਂ ਹਨ ਕਿ ਆਪਾਂ ਬੱਚੇ ਨੂੰ ਕਹਿੰਦੇ ਹਾਂ ਕਿਹੜਾ ਤੁਹਾਡਾ ਤਾਂ ਖਾਣ ਪੀਣ ਦੇ ਦੇਗਾ, ਤੁਸੀਂ ਕਲਾਸ ਤੋਂ ਬਾਅਦ ਖਾਓਗੇ ਇਸ ਤਰ੍ਹਾਂ ਹੀ ਸੀਗੇ, ਬਟ ਮੈਡਮ ਨੇ ਕਦੇ ਵੀ ਇਹ ਕਹਿੰਦੇ ਹੋਏ ਨਹੀਂ ਸੀ ਮੈਡਮ ਤੋਂ ਮੈਡਮ ਨੂੰ ਕਦੇ ਕੁਝ ਸੀ ਆਲਾ ਹੁੰਦੇ ਦੇ ਵਿੱਚ, ਮੈਡਮ ਨੇ ਕਦੇ ਇਹ ਕਿਹਾ ਹੋਇਆ ਕਿ ਜਿਹੜਾ ਤੁਸੀਂ ਮੇਰਾ ਲੈਸਨ ਸੁਣੋ, ਸੋ ਜਿਹੜੀਆਂ ਗੱਲਾਂ ਸਾਡਾ ਲੈਕਚਰ ਆ ਆਪਾਂ ਲੈਸਨ ਆ ਪ੍ਰਭਾਵ ਇਹਦੇ ਨਾਲ ਮੈਡਮ ਨੇ ਸਾਰਾ ਕੁਝ ਕਰਿਆ ਹੋਏ ਸੀ ਅਤੇ ਜਦੋਂ ਅਸੀਂ ਮੈਡਮ ਨੂੰ
ਤੇ ਅੱਜ ਬਹੁਤ ਸਾਰੇ ਟੀਚਰ ਅਗਰ ਕਾਬਲ ਟੀਚਰ ਬਣੇ ਨੇ ਤਾਂ ਉਹ ਮੈਨੂੰ ਮੈਡਮ ਦੇ ਸਪੋਰਟ ਦੀ ਵਜ੍ਹਾ ਨਾਲ ਬਣੇ ਨੇ made working with you a pleasant experience.
ਉਹਨਾਂ ਨੂੰ ਯਾਦ ਰੱਖਣਾ ਨਹੀਂ ਪੈਂਦਾ, ਉਹ ਯਾਦ ਰਹਿ ਜਾਂਦੇ ਆ। ਜਿਵੇਂ ਕਿ ਆਪਾਂ ਜਾਣਦੇ ਹਾਂ, ਕੰਡਿਆਂ ਤੋਂ ਬਿਨਾਂ ਗੁਲਾਬ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋਨੇ ਨੂੰ ਸ਼ੁੱਧ ਹੋਣ ਲਈ ਵੀ ਪੱਟੀ ਵਿੱਚ ਤਪਣਾ ਪੈਂਦਾ ਹੈ। ਇਸੇ ਤਰ੍ਹਾਂ ਸਾਡੀ ਮਨੁੱਖੀ ਸ਼ਖਸੀਅਤ ਵਿੱਚ ਵੀ ਨਿਖਾਰ ਲਿਆਉਣ ਲਈ ਮੁਸ਼ਕਲਾਂ, ਸੰਘਰਸ਼ਾਂ, ਸਮੱਸਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਅਤੇ ਉਸੇ ਨਿਖਰੀ ਹੋਈ ਸ਼ਖਸੀਅਤ ਨਾਲ ਮੇਰਾ ਮਿਲਾਪ ਅੱਜ ਤੋਂ 6 ਸਾਲ ਪਹਿਲਾਂ ਹੋਇਆ। ਜਦੋਂ ਮੈਂ ਸਕੂਲ ਵਿੱਚ ਐਂਟਰ ਕੀਤਾ ਸੀ, ਸਭ ਤੋਂ ਪਹਿਲਾਂ ਮੈਂ ਮੈਡਮ ਨੂੰ ਮਿਲੀ। ਘਰੋਂ ਮੈਨੂੰ ਕਿਹਾ ਗਿਆ ਸੀ ਕਿ ਤੁਹਾਡਾ ਨਾਮ ਲਿਆ ਸੀ ਵੀ ਮੈਡਮ ਨੂੰ ਮਿਲ ਲਿਓ। ਮੈਡਮ ਨੇ ਮੈਨੂੰ ਬਹੁਤ ਹੀ ਕੰਫਰਟੇਬਲ ਇਨਵਾਇਰਮੈਂਟ ਦਿੱਤਾ, ਫੈਮਿਲੀ ਮੈਂਬਰ ਦੀ ਤਰ੍ਹਾਂ ਟ੍ਰੀਟ ਕੀਤਾ। ਜਿੱਥੇ ਵੀ ਸਾਨੂੰ ਲੋੜ ਪਈ, ਪੈਰ ਪੈਰ 'ਤੇ ਮੈਡਮ ਨੇ ਅਗਵਾਈ ਕੀਤੀ। ਹਰ ਇੱਕ ਨੂੰ ਪਿਆਰ ਦੇ ਕਲਾਵੇ ਵਿੱਚ ਲੈਣ ਵਾਲੀ ਸ਼ਖਸੀਅਤ ਸਾਡੇ ਵਾਈਸ ਪ੍ਰਿੰਸੀਪਲ ਮੈਡਮ ਹਨ। ਸਾਰਾ ਸਟਾਫ ਇਸ ਗੱਲ ਦਾ ਪ੍ਰੂਫ ਹੈ। ਜੇ ਆਪਾਂ ਸੁਭਾਅ ਦੀ ਗੱਲ ਕਰੀਏ, ਮੈਡਮ ਦਾ ਸੁਭਾਅ ਬਹੁਤ ਹੀ ਸੌਫਟ ਸਪੋਕਨ ਆ। ਮੈਡਮ ਨੇ ਹਰ ਸਮੱਸਿਆ ਦਾ ਹੱਲ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਮੈਂ ਸਿੰਪਲ ਇਹ ਕਹਿਣਾਈ ਕਿ ਵਿਸ਼ਵਾਸ ਰੱਖਦੇ ਹਾਂ, ਨਾ ਕਿ ਬਕਾਵੇ ਵਿੱਚ। ਮੈਡਮ ਪੋਜ਼ਿਟਿਵ ਸੋਚਦੇ ਵਾਲਾ ਤਾਂ ਅਤੇ ਦੂਜਿਆਂ ਨੂੰ ਵੀ ਪੋਜ਼ਿਟਿਵ ਕਰਦੇ ਆ। ਹਮੇਸ਼ਾ ਕਹਿੰਦੇ ਆ ਕੁਝ ਪਿਆਰ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ, ਜੇ ਸਿਹਤ ਦਾ ਤਾਂ ਕੰਮ। ਜਦੋਂ ਅਸੀਂ ਬੱਸ ਵਿੱਚ ਇਕੱਠੇ ਹੁੰਦੇ ਹਾਂ ਅਤੇ ਮੈਡਮ ਨੇ ਕਹਿਣਾ, ਮੈਡਮ ਇਹ ਤਾਂ ਬੋਤਲ ਭਰੀ ਰਹੇਗੀ ਪਾਣੀ ਵਾਲੀ। ਮੈਂ ਕਹਿਣਾ ਮੈਡਮ ਪਾਣੀ ਤਾਂ ਪੀ ਲੈਂਦੇ, ਟਾਈਮ ਨਹੀਂ ਲੱਗਿਆ। ਚੱਲ ਹੁਣ ਐਂ ਕਰਦੀ ਹਾਂ, ਅੱਧੀ ਪੀ ਲੈਂਦੀ ਹਾਂ, ਅੱਧੀ ਕਰਕੇ ਲੈ ਕੇ ਜਾਊਂ ਘਰ ਅਤੇ ਅੱਧੀ ਜਾ ਕੇ ਫਿਰ ਪੀ ਲਾਂ। ਮਤਲਬ ਮੈਡਮ ਨੇ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਰੱਖਿਆ ਹੋਇਆ ਆਪਣੀ ਲਾਈਫ ਦੇ ਵਿੱਚ, ਸਕੂਲ ਪ੍ਰਤੀ ਡੈਡੀਕੇਟਡ ਨੇ। ਉਸ ਤੋਂ ਬਾਅਦ ਜੇ ਆਪਾਂ ਟਾਈਮ ਟੇਬਲ ਦੀ ਗੱਲ ਕਰੀਏ, ਪਰਮਿੰਦਰ ਮੈਡਮ ਨੇ ਵੀ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਟਾਈਮ ਟੇਬਲ ਤਾਂ ਇਹਨਾਂ ਦੇ ਨਾਲ ਹੀ ਰਹਿੰਦਾ ਸੀ। ਛੁੱਟੀ ਵਾਲਾ ਦਿਨ ਵੀ ਮੈਡਮ ਨੇ ਕਹਿਣਾ, ਮੈਡਮ ਮੈਂ ਟਾਈਮ ਟੇਬਲ ਸੈੱਟ ਕਰਨਾ, ਘਰ ਲੈ ਕੇ ਚੱਲ ਰਹੀ ਹਾਂ, ਕੰਮ ਨਹੀਂ ਵੀ ਕਰਨਾ, ਮੈਂ ਟਾਈਮ ਟੇਬਲ ਸੈੱਟ ਕਰਕੇ ਜਾਂ ਆਉਂਦਿਆਂ ਨੂੰ ਤੁਹਾਨੂੰ ਦੇ ਦੇਣਾ ਤਾਂ ਕਿ ਤੁਹਾਡਾ ਕੰਮ ਨਾ ਰੁਕੇ। ਮੈਡਮ ਨੇ ਹਰ ਜ਼ਿੰਮੇਵਾਰੀ ਨੂੰ ਸਕੂਲ ਦੀ ਆ, ਭਾਵੇਂ ਉਹ ਘਰ ਦੀ ਆ, ਬੱਚਿਆਂ ਦੀ ਆ, ਪੂਰੀ ਬਾਖੂਬੀ ਨਿਭਾਈ ਆ। ਜਿਵੇਂ ਕਹਿੰਦੇ ਆ ਕਿ ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ, ਉਵੇਂ ਹੀ ਮੈਡਮ ਦੀ ਕਾਮਯਾਬੀ ਪਿੱਛੇ ਵੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿ ਲਓ, ਇਹਨਾਂ ਦੇ ਹਮ ਸਫ਼ਰ ਦਾ ਕਹਿ ਲਓ, ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ, ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕੀਤਾ, ਵਿਦੇਸ਼ ਭੇਜੇ, ਸਕੂਲ ਦੀ ਜ਼ਿੰਮੇਵਾਰੀ ਨਿਭਾਈ, ਘਰ ਦੀ ਜ਼ਿੰਮੇਵਾਰੀ ਨਿਭਾਈ। ਕੁਝ ਲਾਈਨਾਂ, ਕੌਣ ਕਹਿਤਾ ਹੈ ਆਪਕੀ ਵਿਦਾਈ ਹੈ ਅੱਜ, ਕੌਣ ਕਹਿਤਾ ਹੈ ਆਪਕੀ ਵਿਦਾਈ ਹੈ ਅੱਜ, ਨਾ ਜਾਣੇ ਕਿਸਨੇ ਜੇ ਖਬਰ ਫੈਲਾਈ ਹੈ ਅੱਜ, ਆਪਕੋ ਥਕਾ ਦੇਣੇ ਵਾਲੀ ਜ਼ਿੰਮੇਦਾਰੀਆਂ ਥੀ ਜੋ, ਉਨ ਜ਼ਿੰਮੇਦਾਰੀਆਂ ਸੇ ਆਪਕੀ ਜੁਦਾਈ ਹੈ ਅੱਜ, ਵੋ ਜ਼ਿੰਮੇਦਾਰੀ ਸੁਬਹ ਉੱਠਣੇ ਕੀ, ਖਾਣਾ ਪਕਾਉਣੇ ਕੀ, ਸਕੂਲ ਆਉਣੇ ਕੀ, ਮੀਟਿੰਗ ਮੇਂ ਜਾਣੇ ਕੀ, ਟਾਈਮ ਟੇਬਲ ਬਣਾਉਣੇ ਕੀ, ਸੁਣਨੇ ਔਰ ਸੁਣਾਉਣੇ ਕੀ, ਜ਼ਰੂਰੀ ਕਾਮ ਪਰ ਵੀ ਛੁੱਟੀ ਨਾ ਮਿਲ ਪਾਣੇ ਕੀ, ਕਭੀ ਛੁੱਟੀ ਵਾਲੇ ਦਿਨ ਵੀ ਸਕੂਲ ਕਾ ਕਾਮ ਕਰਨਾ, ਇਹ ਸਨ ਸਭ ਚਿੰਤਾਏ
आज विदाई ले ली आज, कौन कहता है आपकी विदाई है आज, कौन कहता है आपकी विदाई है आज। मैडम बहुत ही हार्ड वर्कर ने हर एक नूं यही प्रेरित कर दिया, इंस्पायर कर दिया कि कम ना छोड़ो, जिथे आराम आ उत्थे तरक्की नहीं, तरक्की करनी है तो आराम भुल जाओ। मैडम की आम ही वर्डिंग रही है कि मेहनत करो, बच्चों ने खूब पढ़ाओ। मैडम नाइन्थ की पंजाबी हुई सी, ए सैक्शन की मेरे को बी दी, मैडम ने बोल के लिखा मैं ब्लैकबोर्ड पर, पर अभी बराबर ना कंपीटिशन चलते हैं कि असं मैडम तो पिछे ना रह गए, क्योंकि बी सैक्शन के बच्चे है जोड़े मिसटेक्स ज़्यादा करते, सू ब्लैकबोर्ड पर लिखना पैदा, असी जीरो पीरियड से चला ला के कंप्लीट कर लेना काम, तो बहुत असी कोऑपरेशन साडा काम चलता रहा, कोई भी ऐसा जिहा काम नहीं जिहड़ा असी विदाउट कोऑपरेशन मैडम तो किया, पूरी सलाह ना काम करते रहे हैं। कहते हाँ अलविदा तुहानू दिल स्वीकार कर लेना, दिल विच वसाया है तुहानू, वक्त मिले तो सू याद कर लेना। विद ऑल अवर थॉट्स एंड प्रेजेंट एंड विद द ब्लेसिंग्स ऑफ ऑल प्रेजेंट हियर, वी विश यू हैप्पी कंटेंटेड प्रॉस्पेरस लाइफ। प्रिंसीपल सर मैम ते स्टाफ मैंबर्स कि आप मैम गिफ्ट दी, आप दो बार करके अपनी जी मैम गिफ्ट देवे। सब तो पहले राउंड शरणजीत कौर मैम, गुरप्रीत मैम, सुखवंत मैम, गुरमीत सर, एम पी मैम, बबलजीत कौर, अमन मैम, जशनदीप मैडम, नैन्सी मैडम, कुलविंदर मैडम, सोनिया मैडम, सिमरनजीत मैडम, संदीप मैडम, परमजीत कौर मैडम, मनदीप कौर मैडम, प्लीज़ जी आ जाओ। दो राउंड में आप रखे वा कि स्नैप जी अपनी पिक वी आ जाऊगी सारे। कोई तेरे नाल मोए पुराना, तू मन या ना मन हीरिए, सांझ वटी है तेरे रिश्ता ने आना, तू मन या ना मन हीरिए, कोई तेरे नाल मोए पुराना, तू मन या ना मन हीरिए, वटी ते रिश्ता ने आना, तू मन या ना मन हीरी एनी छेती पक्कियां परीता नहीं पैंदियां, रीजा नेड़े आउंदियां भी कुछ समा लैंदियां, एनी छेती पक्कियां परीता नहीं पैंदियां, रीजा नेड़े आउंदियां भी काफी समा लैं, इनू रब दा करिश्मा मैं जाना,
ਤੂੰ ਮਨ ਆ ਨਾ ਮਨ ਹੀਰੀਏ ਸਾਂਝ ਵੱਟੀਏ ਤੇ ਰਿਸ਼ਤਾ ਨਿਆਣਾ ਤੂੰ ਮਨ ਆ ਨਾ ਮਨ ਹੀਰੀਏ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮਨ ਆ ਨਾ ਮਨ ਹੀਰੀਏ ਸੁਣਿਆ ਸੀ ਹੁੰਦੇ ਸੱਤ ਜਨਮਾਂ ਦੇ ਨਾਤੇ ਨੀ ਇਸ਼ਕੇ ਨੇ ਸਾਡੇ ਸੱਚ ਧੰਨ ਹੈ ਧੰਨ ਸਹਿਜ
ਸਾਲ ਬਾਅਦ 6 ਮਹੀਨੇ ਬਾਅਦ ਤਾਂ ਜਦੋਂ ਸਾਨੂੰ ਮਿਲ ਕੇ ਲੈ ਲਓ ਅਤੇ ਸਕੂਲ ਦੇ
ਮੈਡਮ ਨੇ ਇੰਨਾ ਵਧੀਆ ਮੋਟੀਵੇਟ ਕੀਤਾ ਕਿ
ਸਾਡੇ ਅੱਜ ਦੇ ਮੁੱਖ ਮਹਿਮਾਨ ਰਸਮੀ ਤੌਰ 'ਤੇ ਸਭ ਤੋਂ ਵਿਦਾਈ ਲੈ ਰਹੇ ਸਾਡੇ ਵਾਈਸ ਪ੍ਰਿੰਸੀਪਲ ਮੈਡਮ ਰਣਜੀਤ ਜੀ, ਉਹਨਾਂ ਦੇ ਜੀਵਨ ਸਾਥੀ ਕੁਲਜੀਤ ਜੀ, ਉਹਨਾਂ ਦੇ ਬ੍ਰਦਰ ਨਵਗੀਤ ਜੀ ਅਤੇ ਉਹਨਾਂ ਦੇ ਜੀਵਨ ਸਾਥੀ ਕੁਲਦੀਪ ਜੀ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਮੂਹ ਸਟਾਫ ਮੈਂਬਰ, ਸਾਰੇ ਕੰਮ ਕਰਨ ਵਾਲੇ। ਅੱਜ ਵੱਖਰਾ ਦਿਨ, ਖੁਸ਼ੀ ਵੀ ਆ ਕਿਉਂਕਿ ਪਰਿਵਾਰ ਇਕੱਠਾ ਹੋ ਰਿਹਾ, ਬੱਚੇ ਇਕੱਲੇ ਸੀ ਉੱਥੇ, ਅਤੇ ਇਸ ਗੱਲ ਦਾ ਸਾਨੂੰ ਥੋੜ੍ਹਾ ਸਦਮਾ ਵੀ ਆ। ਇੱਕ ਬਹੁਤ ਹੀ ਮਿਹਨਤੀ, ਬਹੁਤ ਹੀ ਹਾਰਡ ਵਰਕਰ, ਬਹੁਤ ਹੀ ਸ਼ਾਂਤ ਸੁਭਾਅ ਦੇ ਮੈਡਮ ਸੀ ਜਿਹੜੇ, ਉਹ ਸਾਡੇ ਤੋਂ ਜਾ ਰਹੇ ਨੇ। ਨਾਂ ਵੀ ਮਨਜੀਤ ਧਰਿਆ ਵਾ ਅਤੇ ਹੈ ਵੀ ਹਰੇਕ ਦਾ ਮਨ ਜਿੱਤਣ ਵਾਲੇ ਮੈਡਮ ਨੇ। ਪਰ ਮੈਂ ਖਾਸ ਗੱਲ ਦੱਸਦਾ, ਮੈਨੂੰ ਇੱਥੇ 2 ਸਾਲ ਹੋਏ ਨੇ, ਪ੍ਰਿੰਸੀਪਲ ਮੈਡਮ ਤੋਂ ਮੇਰੇ 'ਤੇ ਵੀ 100-150 ਵਾਰ ਝਿੜਕ ਪਈ, ਤੁਹਾਡੇ 'ਤੇ ਵੀ ਸਾਰਿਆਂ 'ਤੇ ਪਈਆਂ ਹੋਣਗੀਆਂ। 25 ਸਾਲ ਦੇ ਵਿੱਚ ਇੱਕ ਵਾਰ ਵੀ ਮਨਜੀਤ ਮੈਡਮ ਨੇ ਪ੍ਰਿੰਸੀਪਲ ਮੈਡਮ ਨੂੰ ਝਿੜਕਾਂ ਨਹੀਂ ਖਾਧੀ। ਕਾਰਨ ਇੱਕੋ ਹੀ ਆ, ਵੱਖਰੇ ਗੁਣ ਸੀ, ਬਹੁਤ ਮਿਹਨਤ ਕਰਦੇ ਸੀ, ਹਰ ਕੰਮ ਨੂੰ ਬਿਨਾਂ ਕਹਿਣ ਤੋਂ ਲਗਨ ਨਾਲ ਕਰਦੇ ਸੀ। ਇਸੇ ਕਰਕੇ ਹੀ ਸਕੂਲ ਜਿਹੜਾ ਆਪਣਾ ਬਹੁਤ ਛੋਟਾ ਹੁੰਦਾ ਸੀ ਅਤੇ ਵਧੀਆ ਤਰੱਕੀ ਕਰਦੀ ਸੀ। ਫਿਰ ਬਿਲਕੁਲ ਕਿਸੇ ਕੰਮ 'ਚ ਦਿਖਾਵੇਬਾਜ਼ੀ ਨਹੀਂ ਕਰਨੀ, ਰਿਐਲਿਟੀ ਨਾਲ ਜ਼ਮੀਨ ਨਾਲ ਜੁੜ ਕੇ ਰਹਿਣਾ, ਬੱਚਿਆਂ ਦੇ ਭਵਿੱਖ ਬਾਰੇ ਦਿਲੋਂ ਸੋਚਣਾ। ਆਮ ਤੌਰ 'ਤੇ ਪ੍ਰਾਈਵੇਟ ਸਕੂਲਾਂ 'ਚ ਕੀ ਹੁੰਦਾ ਵੀ ਪ੍ਰਿੰਸੀਪਲ ਤੋਂ ਲਾ ਕੇ ਵਰਕਰ ਤੱਕ ਦਿਖਾਵਾ ਬਹੁਤ ਚੱਲਦਾ, ਬਹੁਤ ਵਧੀਆ ਜੀ ਬੱਚੇ, ਤੁਹਾਡੇ ਬੱਚੇ ਟੋਪਰ ਨੇ ਜੀ, ਬੱਚਿਆਂ ਨੂੰ ਕੁਛ ਨਹੀਂ ਆਉਂਦਾ, ਆਪਣੇ ਕੋਲ ਐਗਜ਼ਾਮਪਲ ਆਉਂਦੇ। ਸੋ ਇਹਨਾਂ ਦੀ ਬਲੌਂਗਤੀ ਆ, ਪ੍ਰਿੰਸੀਪਲ ਮੈਡਮ ਦੀ ਬਲੌਂਗ ਆ, ਵੀ ਆਪਣੇ ਬਿਲਕੁਲ ਹੀ ਡੁਪਲੀਕੇਸੀ ਹੈ, ਸਟਾਫ 'ਚ ਪਿਆਰ ਬਹੁਤ ਆ, ਇਸੇ ਕਰਕੇ ਸਾਰਾ ਜਿਹੜਾ ਸਟਾਫ ਅੱਜ ਉਦਾਸ ਹੈ। ਨਹੀਂ ਤਾਂ ਕਈ ਵਾਰ ਐਂ ਚੱਲ ਚੰਗਾ ਖੜਾ ਫੁੱਟਿਆ ਕਿਉਂ ਜੀ ਵਾੜੇ ਦੇ ਪਸੰਦੇ, ਪਰ ਦਿਲੋਂ ਕੰਮ ਕਰਦੇ ਸੀ, ਇਹਨਾਂ ਦਾ ਵੱਖਰਾ ਗੁਣ ਸੀ। ਔਰ ਕਦੇ ਅੱਕਣਾ ਨਹੀਂ, ਥੱਕਣਾ ਨਹੀਂ, ਘਬਰਾਉਣਾ ਨਹੀਂ, ਕਿਉਂਕਿ ਸਮੱਸਿਆਵਾਂ ਬਹੁਤ ਆਉਂਦੀਆਂ ਨੇ। ਵਾਈਸ ਪ੍ਰਿੰਸੀਪਲ ਦੀ ਪੋਸਟ ਜਿਹੜੀ ਆ, ਪ੍ਰਿੰਸੀਪਲ ਨਾਲੋਂ ਵੀ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਨੇ। ਸਾਡੇ ਕੋਲ ਵੀ ਕੇਸ ਆ ਗਿਆ, ਅਸੀਂ ਕਿਹੜਾ ਮੈਡਮ ਕੋਲ ਜਾਓ, ਜੀ ਮੈਡਮ ਕੋਲ ਜਾਓ, ਜੀ ਤੂੰ ਆਪੇ ਹੱਲ ਕਰ ਕੇ ਦੇ, ਉਹ ਤਾਂ ਹੀ ਭੇਜਦੇ ਆ, ਸਾਨੂੰ ਪਤਾ ਨਹੀਂ ਪ੍ਰੋਬਲਮ ਸੋਲਵ ਹੋ ਜਾਂਦੀ। ਕਈ ਵਾਰ ਪੇਰੈਂਟਸ ਵੀ ਸਾਨੂੰ ਘੱਟ ਦਿਮਾਗ ਵਾਲੇ ਜਾਂ ਹਰ ਦਿਮਾਗ ਵਾਲੇ ਪੰਜਾਬੀ ਚਲੋ ਮਿਲ ਜਾਂਦੇ ਆ, ਹਾਊ ਟੂ ਹੈਂਡਲ ਦੇ ਦਿਲ, ਉਹ ਵੀ ਇਹਨਾਂ ਦਾ ਬਹੁਤ ਵਧੀਆ ਤਜਰਬਾ ਸੀ, ਉਹ ਸ਼ਾਂਤ ਹੋ ਜਾਂਦੇ ਸੀ ਇੱਥੇ ਆ ਕੇ। ਸੋ ਘਾਟਾ ਤਾਂ ਸਕੂਲ ਨੂੰ ਪਿਆ, ਨਾ ਪੂਰਾ ਹੋਣ ਵਾਲਾ, ਆਪਾਂ ਨੂੰ ਸਾਰਿਆਂ ਨੂੰ ਪਿਆ ਵਾ, ਪਰ ਜਦੋਂ ਜਾਣਾ ਬੱਚਿਆਂ ਕੋਲ ਜ਼ਰੂਰੀ ਆ, ਫਿਰ ਇਸ ਕਰਕੇ ਅਸੀਂ ਉਦਾਸ ਨਹੀਂ ਹੋਣਾ, ਹੱਸ ਕੇ ਖਿੜੇ ਮੱਥੇ ਤੋਰਨਾ, ਠੀਕ ਆ, ਮਨ 'ਚ ਉਦਾਸੀ ਆ ਕੋਈ ਗੱਲ ਨਹੀਂ, ਪਰ ਬੈਟਰ ਲਈ ਜਾਣਾ ਤਾਂ ਵਧੀਆ ਹੁੰਦਾ। ਸੋ ਇਹ ਇੰਨੇ ਸ਼ਾਂਤ ਸੀ, ਵਧੀਆ ਸੀ, ਫੁੱਲ ਗਿਲੇ ਸੀ, ਇਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ, ਇਹਨਾਂ ਦੇ ਜੀਵਨ ਸਾਥੀ ਦਾ ਯੋਗਦਾਨ ਬਹੁਤ ਜ਼ਿਆਦਾ ਆ।
ਤਿੰਨ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ। ਇੱਕ ਸਾਡਾ ਜੋਬ ਵਾਲਾ ਟਾਈਮ ਹੁੰਦਾ, ਇੱਕ ਸਾਡਾ ਫੈਮਿਲੀ ਟਾਈਮ ਹੁੰਦਾ, ਤੀਜਾ ਸਾਡਾ ਸੋਸ਼ਲ ਟਾਈਮ ਹੁੰਦਾ ਸਮਾਜ ਦੇ ਵਿੱਚ ਅਸੀਂ ਕਿਵੇਂ। ਸੋ ਜਿਹੜਾ ਬੰਦਾ ਤਿੰਨੇ ਵਧੀਆ ਲਵਾਉਂਦਾ ਉਹਨੂੰ ਅਸੀਂ ਚੰਗਾ ਕਹਿ ਦਿੰਦੇ ਹਾਂ। ਪਰਿਵਾਰਕ ਰਿਸ਼ਤੇ ਜੋੜ ਕੇ ਰੱਖਣੇ, ਭੈਣਾਂ ਭਰਾਵਾਂ ਨਾਲ ਵਰਤਣਾ, ਸਮਾਜ ਦੇ ਵਿੱਚ ਵਧੀਆ ਬਣਾਉਣਾ ਅਤੇ ਆਪਦੇ ਸਟਾਫ ਦੇ ਵਿੱਚ ਵਧੀਆ ਬਣਾਉਣਾ, ਇਹ ਗੁਣ ਬਹੁਤ ਘੱਟ ਵਿਅਕਤੀਆਂ 'ਚ ਹੁੰਦੇ। ਇਹਨਾਂ ਦੇ ਵਿੱਚ ਤਿੰਨੇ ਹੀ ਗੁਣ ਸੀ ਪਰ ਤਿੰਨੇ ਹੀ ਪੂਰੀ ਤਰ੍ਹਾਂ ਭਰੇ ਹੋਏ ਸੀ। ਸੋ ਇੱਕ ਵਾਰ ਫਿਰ ਮੈਂ ਇਹਨਾਂ ਨੂੰ ਅੱਜ ਇਸ ਦਿਨ 'ਤੇ ਵਧਾਈ ਵੀ ਦਿੰਦਾ, ਇਹਨਾਂ ਦੀ ਲੰਬੀ ਉਮਰ ਦੀ, ਤੰਦਰੁਸਤ ਸਿਹਤ ਦੀ, ਤਰੱਕੀ ਦੀ ਕਾਮਨਾ ਵੀ ਕਰਦਾ ਔਰ ਉਮੀਦ ਕਰਦਾ ਵੀ ਇਹ ਸਮੇਂ ਸਮੇਂ 'ਤੇ ਆਪਾਂ ਨੂੰ ਮਿਲਦੇ ਵੀ ਰਹਿਣਗੇ ਅਤੇ ਜਿੱਥੇ ਕਿਤੇ ਗਾਈਡੈਂਸ ਦੀ ਲੋੜ ਆ ਗਾਈਡ ਵੀ ਕਰਦੇ ਰਹਿਣਗੇ। ਬਾਕੀ ਪਰਿਵਾਰ ਜਾ ਰਹੇ ਆ, ਇਹ ਬਹੁਤ ਵਧੀਆ ਗੱਲ। ਇੱਕ ਵਾਰ ਫਿਰ ਮੇਰੇ ਵੱਲੋਂ, ਮੈਡਮ ਵੱਲੋਂ, ਆਪਣੇ ਸਾਰਿਆਂ ਵੱਲੋਂ ਇਹਨਾਂ ਨੂੰ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕ। ਥੈਂਕ ਯੂ। ਖਾਲੀ ਹੋ ਗਈ ਸੀ ਅਤੇ ਉਹ ਆਪਾਂ ਖਾਲੀ ਤਾਂ ਰਹਿਣੀ ਨਹੀਂ।
ਉਹਦੇ ਲਈ ਜਦੋਂ ਪ੍ਰਵਿੰਦਰ ਮੈਡਮ ਜਿਹੜੇ ਕਿ ਮੈਨੇ ਨੂੰ ਪਹਿਲਾਂ ਜਿਹੜੇ ਪੜ੍ਹਾਉਂਦੇ ਰਹੇ ਬਹੁਤ ਮਿਹਨਤ ਕੀਤੀ ਹੈ। 7 ਵਜੇ ਕਹਿ ਦਿਉ, 6 ਵਜੇ ਕਹਿ ਦਿਉ, ਜਦੋਂ ਵੀ ਕਹਿ ਦਿਉ ਪ੍ਰਵਿੰਦਰ ਆਉਣਾ ਅਸੀਂ ਬਾਹਰ ਆ ਜਾਂਦੇ। ਉਹ ਮਨਜੀਤ ਮੈਡਮ ਨੂੰ ਬੇਨਤੀ ਕਰਦੇ ਵੀ ਇਹਨਾਂ ਨੂੰ ਲਿਜਾ ਕੇ ਅਤੇ ਉਸ ਕੁਰਸੀ 'ਤੇ ਬਿਠਾ ਕੇ ਆਉਣਗੇ। ਉਸ ਤੋਂ ਬਾਅਦ ਜੇ ਪ੍ਰਵਿੰਦਰ ਕਿਸੇ ਕਾਰਨ ਮੀਟਿੰਗ ਦੇ ਵਿੱਚ ਬੋਲਣ ਲੱਗ ਤਾਂ ਫਿਰ ਦਲਜੀਤ ਸਿੰਘ ਜਾ ਉਹ ਸਾਰੀ ਉਸ ਚੀਜ਼ 'ਤੇ ਗੌਰ ਕਰ ਲਿਆ ਅਤੇ ਫਿਰ ਮਨਜੀਤ ਮੈਡਮ ਨੂੰ ਬੇਨਤੀ ਕਰਦੇ ਪਹਿਲਾਂ ਜਗਵਿੰਦਰ ਮੈਡਮ ਨੇ ਸਟਾਫ ਉੱਥੇ ਲੈ ਗਿਆ ਅਤੇ ਚੇਅਰ ਨਹੀਂ ਲੈਪਿੰਗ ਕਰ ਲਿਓ ਮੈਡਮ ਨੇ। ਕੀ ਹੋਇਆ ਜੇ ਅੱਡ ਅੱਡ ਸਾਡੇ ਰਾਹ ਹੋ ਗਏ, ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਕੀ ਹੋਇਆ ਜੇ ਅੱਡ ਅੱਡ ਸਾਡੇ ਰਾਹ ਹੋ ਗਏ, ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਪਾਗ ਦੀਆਂ, ਬਿਨ ਚਾਹੇ ਫਾਸਲੇ ਖਾਮ ਖਾ ਹੋ ਗਏ। ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ।